ਇਹ ਜਿਹੜਾ ਪਲੇ ਹੈਗਾ ਇਹ ਆਲਮੋਸਟ 3 ਸਦੀਆਂ ਪਹਿਲਾਂ ਜਿਹੜਾ ਵੀ ਮਾਹੌਲ ਸੀਗਾ ਉਸ ਤੇ ਬਣਾਇਆ ਗਿਆ ਹੈ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਸ ਮਾਹੌਲ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂ ਤਾਂ ਕਿ ਉਹ ਭੂਮਿਕਾ ਬਣੀ ਜਾ ਸਕੇ ਕਿ ਕਿਹੜੇ ਹਾਲਾਤ ਸੀਗੇ ਜਿਨ੍ਹਾਂ ਵਿੱਚ ਇਹ ਸਾਕਾ ਵਾਪਰਿਆ ਅਤੇ ਸਾਕੇ ਦੇ ਕੀ ਰਿਜ਼ਲਟ ਹੋਏ, ਕਿਵੇਂ ਸਾਡਾ ਸੁਭਾਅ ਬਦਲਿਆ, ਕਿਵੇਂ ਸਾਡੇ ਐਟੀਟਿਊਡ ਬਦਲਿਆ ਤੇ ਜਿਹੜੀਆਂ ਚਿੜੀਆਂ ਸੀਗੀਆਂ ਉਹ ਬਾਜ਼ ਬਣ ਕੇ ਐਂਡ ਵਿੱਚ ਉਸ ਮੁਗਲਿਆ ਐਮਪਾਇਰ ਜਿਹੜੀ ਕਿ ਅਨਬੀਟਨ ਹੋਇਆ ਕਰਦੀ ਸੀ ਉਸਨੂੰ ਡਿਫੀਟ ਕਰਨ ਵਿੱਚ ਕਾਮਯਾਬ ਹੋਈ। ਆਪਾਂ ਸਾਰੇ ਜਾਣਦੇ ਹਾਂ ਕਿ ਕਈ ਸਦੀਆਂ ਤੱਕ ਸਾਨੂੰ ਨਾ ਤਾਂ ਪੱਗ ਬੰਨਣ ਦਾ ਅਧਿਕਾਰ ਸੀਗਾ, ਨਾ ਘੋੜੇ ਦੇ ਚੜ੍ਹਨ ਦਾ ਅਧਿਕਾਰ ਸੀਗਾ, ਔਰ ਨਾ ਹੀ ਕੋਈ ਹਥਿਆਰ ਜਾਂ ਤਲਵਾਰ ਰੱਖਣ ਦਾ ਹੁਕਮ ਹੁੰਦਾ ਸੀਗਾ। ਸਾਨੂੰ ਇੱਕ ਸੁਭਾਅ ਪੈ ਗਿਆ ਸੀਗਾ ਵੀ ਅਸੀਂ ਤਾਂ ਸਿਰਫ ਗੁਲਾਮੀ ਲਈ ਬਣੇ ਹਾਂ, ਲੇਕਿਨ ਇਹ ਇੱਕ ਇਹੋ ਜਿਹਾ ਵਾਕਿਆ ਹੋਇਆ ਜਿਸ 'ਤੇ ਸਾਡਾ ਉਹ ਐਟੀਟਿਊਡ ਬਦਲ ਗਿਆ ਅਤੇ ਅਸੀਂ ਉਸ ਅਨਬਿਟਨ ਮੁਗਲੇ ਅੰਪਾਇਰ ਜਿਹੜੀ ਕਿ ਜਿਹਦਾ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਕੱਲ੍ਹ ਦਾ ਜਿਹੜਾ ਅਮੈਰੀਕਾ ਆ ਉਸ ਟਾਈਮ 'ਤੇ ਮੁਗਲੇ ਸਲਤਨਤ ਹੋਇਆ ਕਰਦੀ ਸੀਗੀ, ਜਿਹਦੇ ਕੋਲ ਕਰੀਬ 1.5 ਲੱਖ ਦੀ ਯੂਨੀਫਾਰਮ ਵਾਲੀ ਆਰਮੀ ਸੀਗੀ। ਉਸ ਤੋਂ ਇਲਾਵਾ ਕਈ ਹਰਿਆਵਲ ਦੱਸੇ ਕਈ ਮਨਸਬਦਾਰ ਹੋਇਆ ਕਰਦੇ ਸੀਗੇ ਜੋ ਬਹੁਤ ਪਾਵਰਫੁਲ ਆਰਮੀ ਸੀਗੀ। ਕਈ ਕਰੀਬ ਕਰੀਬ 100-150 ਸਾਲਾਂ ਤੱਕ ਉਹਨਾਂ ਨੇ ਕੋਈ ਵੀ ਆਰਮੀ ਉਹਨਾਂ ਨੂੰ ਚੈਲੇਂਜ ਨਹੀਂ ਕਰ ਸਕੀ। ਪਰ ਇਹ ਜਿਹੜਾ ਸਾਕਾ ਇਹ ਜਿਹੜੀ ਸ਼ਹਾਦਤ ਹੋਈ ਛੋਟੇ ਸਾਹਿਬਜ਼ਾਦਿਆਂ ਦੀ, ਇਸ 'ਤੇ ਸਾਡਾ ਐਟੀਟਿਊਡ ਬਦਲਿਆ, ਅਸੀਂ ਲੜਨ ਲਈ ਤਿਆਰ ਹੋਏ, ਸਾਡਾ ਸੁਭਾਅ ਬਦਲਿਆ ਅਤੇ ਅੱਜ ਅਸੀਂ ਉਹ ਆਜ਼ਾਦੀ ਮੰਗ ਰਹੇ ਹਾਂ ਜਿਹੜੀ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਹੈ। ਮੁਗਲੇ ਆਰਮੀ ਦੀ ਤਾਕਤ ਮੈਂ ਜੇ ਤੁਹਾਨੂੰ ਦੱਸਾਂ ਤਾਂ ਉਹ ਜਿਹੜੀ ਹਥਿਆਰਬੰਦ ਫੌਜ ਤੋਂ ਇਲਾਵਾ ਉਸ ਟਾਈਮ ਦੀ ਇਕਨੋਮਿਕਲੀ ਵੀ ਬੜੀ ਸਾਊਂਡ ਪੋਜੀਸ਼ਨ 'ਚ ਸੀਗੇ। ਜਿਹੜਾ ਜਦ ਪੁਰਤਗੀਜ਼ ਆਏ ਆ ਤਾਂ ਬਹੁਤ ਸਾਰੇ ਜਿਹੜੇ ਇਕਨੋਮਿਕਸ ਦੇ ਸਟੂਡੈਂਟ ਆ ਉਹਨਾਂ ਨੂੰ ਧਿਆਨ ਹੋਏਗਾ ਕਿ ਉਸ ਟਾਈਮ ਇੰਡੀਆ ਦਾ GDP 24.5 ਹੋਇਆ ਕਰਦਾ ਸੀਗਾ, ਜਦਕਿ ਅੱਜ ਦੇ ਸਮੇਂ ਵੀ ਕਿਸੇ ਵੀ ਮੁਲਕ ਦਾ GDP ਇਸ ਪੋਜੀਸ਼ਨ ਤੱਕ ਨਹੀਂ ਪਹੁੰਚ ਸਕਿਆ। ਔਰ ਉਹਨਾਂ ਦਿਨਾਂ ਵਿੱਚ ਜਦ ਲੜਾਈਆਂ ਲੜੀਆਂ ਜਾਂਦੀਆਂ ਸੀਗੀਆਂ ਤਾਂ ਉਹ ਕੋਈ ਬਾਰਡਰ 'ਤੇ ਨਹੀਂ ਹੁੰਦੀਆਂ ਸੀ, ਉਹ ਆਹਮਣੇ ਸਾਹਮਣੇ ਜਿਵੇਂ ਕਿ ਕੋਈ ਫੁੱਟਬਾਲ ਜਾਂ ਹਾਕੀ ਦਾ ਮੈਚ ਹੈ ਉਸ ਤਰ੍ਹਾਂ ਨਾਲ ਮੈਦਾਨਾਂ ਵਿੱਚ ਜਾ ਕੇ ਲੜੀਆਂ ਜਾਂਦੀਆਂ ਸੀ। ਜਿੱਤ ਹਾਰ ਚਾਹੇ ਕਿਸੇ ਦੀ ਵੀ ਹੁੰਦੀ ਸੀ ਪਰ ਖੂਨ ਖਰਾਬਾ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਆਮ ਲੋਕ ਜਿਹੜੇ ਦਹਿਸ਼ਤ ਕੁਛ ਕਰਨ ਦੀ ਸਥਿਤੀ 'ਚ ਨਹੀਂ ਹੁੰਦੇ ਸੀਗੇ। ਔਰ ਕਈ ਸਦੀਆਂ ਤੱਕ ਕਈ ਸਾਲਾਂ ਤੱਕ ਉਹਨਾਂ ਦੇ ਜਿਹੜੇ ਉਹ ਮਨਾਂ 'ਚ ਛੱਪੀ ਹੁੰਦੀ ਸੀਗੀ ਵੀ ਆਹ ਵਾਕਿਆ ਹੋਇਆ ਸੀਗਾ। ਤੁਹਾਨੂੰ ਯਾਦ ਹੋਏਗਾ ਕਿ ਜਦ ਅਕਬਰ ਬਾਦਸ਼ਾਹ ਪਾਵਰ 'ਚ ਸੀਗੇ ਤਾਂ ਉਸ ਟਾਈਮ ਉਹ ਦਿਨ ਮਹਾਰਾਣਾ ਪ੍ਰਤਾਪ 'ਤੇ ਹੋਇਆ ਕਰਦੇ ਸੀ। ਮਹਾਰਾਣਾ ਪ੍ਰਤਾਪ ਵੀ ਬਹੁਤ ਪਾਵਰਫੁਲ ਯੋਧਾ ਸੀਗਾ, ਮੇਵਾੜ 'ਤੇ ਰਾਜ ਕਰਦਾ ਸੀਗਾ। ਮਹਾਰਾਣਾ ਪ੍ਰਤਾਪ ਵੀ ਅਕਬਰ ਬਾਦਸ਼ਾਹ ਦਾ ਜੋ ਨਹੀਂ ਕਰ ਸਕਿਆ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕਰ ਦਿੱਤਾ। ਇੱਥੋਂ ਤੱਕ ਕਿ ਜਦ ਅਸੀਂ ਦੇਖਦੇ ਹਾਂ ਕਿ ਔਰੰਗਜ਼ੇਬ ਦੇ ਟਾਈਮ ਸ਼ਿਵਾਜੀ ਮਹਾਰਾਜ ਹੋਏ, ਉਹਨਾਂ ਨੇ 70 ਤੋਂ 68 ਲੜਾਈਆਂ ਜਿੱਤੀਆਂ ਪਰ ਉਹ ਵੀ ਔਰੰਗਜ਼ੇਬ ਦਾ ਕੁਛ ਨਹੀਂ ਵਿਗਾੜ ਸਕੇ। ਪਰ ਜਿਹੜੀ ਇਹ ਸ਼ਹਾਦਤ ਹੋਈ ਹੈ ਇਸ ਨੇ ਸਾਡਾ ਸੁਭਾਅ ਬਦਲਿਆ ਅਤੇ ਉਹ ਅਨਬਿਟਨ ਆਰਮੀ ਦੇ ਪੈਰ ਉੱਖੜ ਗਏ ਔਰ ਕਦੀ ਜਮੀਨ 'ਤੇ ਨਹੀਂ ਜਮਾ ਪਾਈ। ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਆਮ ਤੌਰ 'ਤੇ ਅਸੀਂ ਵਜ਼ੀਰ ਖਾਂ ਸਾਹਿਬਜ਼ਾਦੇ ਜਾਂ ਮੋਤੀ ਰਾਮ ਮਹਿਰਾ ਦੀ ਕਰਦੇ ਹਾਂ, ਅਸੀਂ ਦੀਵਾਨ ਟੋਡਰਮੱਲ ਦੀ ਗੱਲ ਭੁੱਲ ਜਾਂਦੇ ਹਾਂ ਪਰ ਕਈ ਵਾਰ ਉਹ ਚਰਚਾ 'ਚ ਨਹੀਂ ਵੀ ਆਉਂਦੀ। ਹੁਣ ਮੈਂ ਇੱਕ ਵਾਕਿਆ ਤੁਹਾਨੂੰ ਯਾਦ ਕਰਾਊਂਗਾ ਕਿ ਬਹੁਤ ਸਾਰੇ ਲੋਕ ਕਰੀਬ ਕਰੀਬ ਜਾਣਦੇ ਨੇ ਕਿ 78,000 ਮੋਹਰਾਂ ਦੇ ਕੇ ਉਹਨਾਂ ਨੇ ਕਰੀਬ 4 ਸਕੁਆਇਰ ਮੀਟਰ ਦੀ ਜ਼ਮੀਨ ਖਰੀਦੀ ਔਰ ਸੰਸਕਾਰ ਕਰਾਇਆ।
ਮੈਂ ਜਦ 2020 ਤੁਰੇ ਆਇਆ ਤੇ ਪਹਿਲੀ ਵਾਰ ਪਲੇ ਹੋਇਆ ਤਾਂ ਮੈਂ ਅੰਦਾਜ਼ਾ ਲਾਇਆ ਵੀ ਜਿਹੜੀ 78,000 ਮੋਹਰਾਂ ਯਾਨੀ ਕਿ 7 ਕੁਇੰਟਲ 80 ਕਿਲੋ ਸੋਨਾ ਸੀਗਾ ਉਹਨਾਂ ਦਿਨਾਂ 'ਚ ਕਰੀਬ 3-4 ਸਾਲ ਪਹਿਲਾਂ ਉਹਦੀ ਕੀਮਤ 350 ਕਰੋੜ ਸੀ ਔਰ ਜੇ ਹੁਣ ਸਿੰਪਲ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਉਹ 450 ਕਰੋੜ ਦੀ ਹੋਈ ਹੈ ਉਹ ਜ਼ਮੀਨ ਜਿਹੜੀ ਕਿ ਮਿਲੇ ਮਿਲਦਾ ਖਰੀਦੀ ਗਈ ਅੱਜ ਨਾ ਤਾਂ ਕਨਾਟ ਪਲੇਸ 'ਤੇ ਉਹ ਰੇਟ ਹੈ ਨਾ ਮੈਰਿਨ ਡਰਾਈਵ 'ਤੇ ਹੈ ਨਾ ਮੈਨਹਟਨ 'ਚ ਹੈ ਨਾ ਨਿਊਯਾਰਕ 'ਚ ਅੰਦਾਜ਼ਾ ਲਾ ਕੇ ਦੇਖੋ ਵੀ ਕਿਸ ਵੈਲਿਊ ਦੀ ਉਹ ਜ਼ਮੀਨ ਖਰੀਦੀ ਗਈ ਇੱਕ ਵਾਕਿਆ ਜਿਹੜਾ ਬਹੁਤ ਘੱਟ ਲੋਕ ਜਾਣਦੇ ਨੇ ਦੀਵਾਨ ਟੋਡਰਮੱਲ ਨਾਲ ਜੁੜਿਆ ਹੋਇਆ ਉਹਦੇ 'ਚ ਇਹ ਸੀਗਾ ਕਿ ਉਹ ਗੁਰੂ ਸਾਹਿਬ ਨੂੰ ਤਲਵੰਡੀ ਸਾਹਿਬਾ 'ਚ ਮਿਲਦੇ ਆ ਜਦ ਸੰਸਕਾਰ ਵਗੈਰਾ ਹੋ ਜਾਂਦਾ ਉਸ ਤੋਂ ਬਾਅਦ ਅਤੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਬਈ ਗੁਰੂ ਸਾਹਿਬ ਮੈਨੂੰ ਇੱਕ ਵਰਦਾਨ ਦਿਓ ਸਾਰੀ ਸੰਗਤ ਪਰੇਸ਼ਾਨ ਗੁਰੂ ਸਾਹਿਬ ਨੂੰ ਤਾਂ ਖੈਰ ਪਤਾ ਹੁੰਦਾ ਹੈ ਕਿ ਵੀ ਕੀ ਮੰਗ ਕਹਿਣਾ ਚਾਹੁੰਦਾ ਹੈ ਸੰਗਤ ਕਹਿੰਦੀ ਵੀ ਇਹ ਤੁਹਾਡਾ ਵਧੀਆ ਕੰਮ ਕੀਤਾ ਤਾਂ ਹੁਣ ਤੈਨੂੰ ਵਰਦਾਨ ਦੀ ਕਿੱਥੇ ਲੋੜ ਪੈਣੀ ਉਹ ਕਹਿੰਦਾ ਨਹੀਂ ਜੀ ਵਰਦਾਨ ਦਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਵੀ ਬੋਲ ਵੀ ਤੈਨੂੰ ਦੱਸ ਕੀ ਚਾਹੀਦਾ ਉਹ ਕਹਿੰਦੇ ਨੇ ਵੀ ਨਾ ਤਾਂ ਮੇਰੀ ਕੋਈ ਔਲਾਦ ਹੋਵੇ ਤੇ ਨਾ ਹੀ ਮੇਰਾ ਕੋਈ ਵੰਸ਼ ਚੱਲੇ ਅੱਗੇ ਤੇ ਫਿਰ ਲੋਕਾਂ ਨੂੰ ਸਮਝ ਆਉਂਦੀ ਵੀ ਕਹਿ ਕੀ ਰਿਹਾ ਉਹ ਕਹਿੰਦੇ ਵੀ ਜੇ ਮੇਰੀ ਔਲਾਦ ਹੋਈ ਹੈ ਔਰ ਅੱਗੇ ਵੰਸ਼ ਚੱਲਿਆ ਤਾਂ ਕਿਤੇ ਸਾਨੂੰ ਘਮੰਡ ਨਾ ਆ ਜਾਵੇ ਅਸੀਂ ਇਹ ਕੰਮ ਕਰਿਆ ਔਰ ਇੰਟਰਸਟਿੰਗ ਗੱਲ ਇਹ ਵੀ ਹੈ ਵੀ ਰਾਜਾ ਟੋਡਰਮੱਲ ਨਾ ਤਾਂ ਹਿੰਦੂ ਸੀ ਨਾ ਸਿੱਖ ਸੀ ਉਹ ਇੱਕ ਜੈਨੀ ਸੀਗਾ ਹੁਣ ਚੰਦ ਮਿੰਟਾਂ 'ਚ ਹੀ ਤੁਹਾਡੇ ਸਾਹਮਣੇ ਪਲੇਅ ਸ਼ੁਰੂ ਹੋਣ ਜਾ ਰਿਹਾ ਅਤੇ ਸਾਡੇ ਵਿੱਚ MLA ਹੈਪੀ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ ਅਖੀਰਲੀ 2 ਲਾਈਨਾਂ ਜਿਹੜੀਆਂ ਕਿ ਇਸ ਵਾਕਿਆ ਦੇ ਛੋਟੇ ਸਾਹਿਬਜ਼ਾਦੇ ਦੇ ਸਟੀਕ ਬੈਠਦੀਆਂ ਨੇ ਉਹਨਾਂ ਨਾਲ ਮੈਂ ਆਪਣੀ ਗੱਲ ਪੂਰੀ ਕਰਾਂਗਾ ਅਤੇ ਨਾਲ ਹੀ ਦੱਸਣਾ ਚਾਹੂੰਗਾ ਵੀ ਹਰਬਖਸ਼ ਲਾਟਾ ਜੀ ਸੈਕਿੰਡ ਜਨਰੇਸ਼ਨ ਵਾਲੇ ਹੈਗੇ ਨੇ ਜਿਹੜੇ ਕਿ ਪਲੇ ਕਰਦੇ ਰਹੇ ਨੇ ਅਤੇ ਪਲੇ ਖੇਡਦੇ ਰਹੇ ਨੇ ਇਹਨਾਂ ਦੇ ਫਾਦਰ ਸਾਹਿਬ ਵੀ ਡਾਕਟਰ ਹਰਚਰਨ ਸਿੰਘ ਉਹਨਾਂ ਨੇ ਵੀ ਸਰਹੰਦ ਦੀ ਕੰਧ ਕਰਕੇ ਇੱਕ ਪਲੇ ਕੀਤਾ ਸੀਗਾ ਔਰ ਬੜਾ ਫੇਮਸ ਹੋਇਆ ਹਰਬਖਸ਼ ਲਾਟਾ ਜੀ ਦੇ ਵੀ ਕੁਛ ਪਲੇ ਨੇ ਸਾਰਾਗੜੀ ਸੇਵੀਅਰਸ ਆਫ ਕਸ਼ਮੀਰ ਜ਼ਿਆਦਾਤਰ ਉਹਨਾਂ ਦੇ ਵਾਰ ਅਤੇ ਵਾਰ ਕੇਂਦਰਿਤ ਪਲੇ ਕਰੇ ਨੇ ਉਹਨਾਂ ਨੇ ਤਾਂ ਕਾਫੀ ਫੇਮਸ ਰਹੇ ਨੇ ਸਾਡੇ ਵਿੱਚ ADC ਮੈਡਮ ਪਹੁੰਚੇ ਨੇ ਈਸ਼ਾ ਸਿੰਘਲ ਜੀ ਅਸੀਂ ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ ਅਖੀਰਲੀ 2 ਲਾਈਨਾਂ ਦੇ ਨਾਲ ਮੈਂ ਤੁਹਾਡੇ ਔਰ ਇਸ ਪਲੇ ਦੇ ਵਿੱਚੋਂ ਤੋਂ ਹਟ ਰਿਹਾ ਉਹ ਇਹ ਗਿਆ ਕਿ ਹਮ ਜਾ ਦੇਖ ਕੇ ਔਰੋਂ ਕੀ ਜਾਨੇ ਬਚਾ ਚੱਲੇ ਹੈ ਸਿੱਖੀ ਕੀ ਨੀਂਹ ਹਮ ਹੈ ਸਿਰੋਂ ਪੇ ਉਠਾ ਚੱਲੇ ਹੈ ਸ਼ੁਕਰੀਆ।